अस्सलामुअलैकुम दोस्तों, क्या हाल है? उम्मीद करना कि मेरे तमाम दोस्त ठीक हो सन। अच्छा दोस्तों, जेड़े मेरे चैनल पर नवे हुए, पहले चैनल को सब्सक्राइब करो ते वला करना है वीडियो स्टार्ट। अजे देखो सो मौसम बारिश थी पी है, बड़ा वीए पी मौसम है, बड़ी जबरदस्त बारिश थी है। अस हूँ जुलते पे तो तले नदी है, तो नदी का व्यू दिखेने, नदी दिखेने पानी आए कि नहीं आया, क्योंकि कहते हैं कि जल्द बारिश आवे नदी चंगा पानी आते। ते हुण कैमरा करने बैक तो गिदड़े शिदड़े दिखे ने अगो बारिश के निकले वे। हुण असा दोस्तों स्पीड नाल जुलदे पए हैं नदी च, तो दिख लेने अगर पानी है, पानी होवे ना होवे तो वल असा वो का दिख ले पए गिद्दड़, क्योंकि नदी जी में पानी आते गिद्दड़ निकलते बारो के जुलना ध्यान नाल सब तर वो ना होवे गिद्दड़ सारे तो चढ़े पवन। तो नदी के करीब पहुंच गए, बारिश बला शुरू थी गई है। मोबाइल भी हूँ पुछता पे, अस कोशिश करने कि बारिश के पहले अस उत पहुंच वजूँ, क्योंकि नदी भी बहुत बस आ गई नजदीक ही है नदी, तो बदल भी थोड़ा पता है बड़े गजदे होते, हवा शुवा भी चंगी है। तो सदर कि मौसम कि मौसम लेकिन अगर भज गए, बाकी भी मकसद ढेर गिदड़ शिदड़ ढेर चीजा जूम करके बंदे पर बंदे उन्हें जेर नजर से बन किया वे क्या है, लेकिन गिदड़ डरता क्या नहीं पे उन्हें बंद तो चुके सफदर ਤਾਂ ਇਹ ਦਸਾ ਉਹ ਜਿਹੜੇ ਅਸਾਂ ਨੂੰ ਕਹਦੇ ਲੱਗੜ ਬਗੜ ਨੂੰ ਉਹ ਕਿਆ ਸ਼ਈ ਆਨੇ ਤਾਂ ਹਾਂ ਲੱਗੜ ਬਗੜ ਉਹ ਗੁਦਾ ਜ਼ਾਲਮ ਸ਼ਹਿ ਹੈ ਲੱਗੜ ਬਗੜ ਇੱਥਾ ਵੱਡੇ ਪੋਛਾ ਲਈ ਹੈ ਕਿ ਅਸਾਂ ਤਾਂ ਲੱਗੜ ਬਗੜ ਆ ਦੇਂਦਾ ਕੋ ਪਤਾ ਆ ਪੁਗਾ ਨਹੀਂ ਹੋ ਕਿ ਕਾ ਸਰਚ ਮਾਰ ਕੇ ਦੇਖ ਜੇ ਤੂੰ ਸਹੀ ਦੇ ਉੱਤੇ YouTube ਤੇ ਜਾਂ Google ਤੇ ਹਮੇ ਲੱਗੜ ਬਗੜ ਲਿਖ ਸੋ ਆਵੇ ਸੀ ਬਹੁਤ ਖਤਰਨਾਕ ਹੈ ਇੱਥਾ ਪਹਾੜੀ ਇਲਾਕਾ ਹੈ ਨਾ ਦਾ ਇੱਥਾ ਮਤਲਬ ਅਕਸਰ ਉਹ ਜਿਹੇ ਚੀਜ਼ਾਂ ਵਧਰ ਆਂਦੇ ਨੇ ਵੱਡੇ ਕਹਿ ਰਹੀ ਹੋ ਇੱਕ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਹੋਵੇ ਉਹ ਭਿੜਦੇ ਭਿੜਦੇ ਉਹਦੇ ਨਾਲ ਬੰਦੇ ਨਾਲ ਅਸਾਂ ਕੱਲੇ ਜਿੱਦੇ ਨਿਕਲਦੇ ਕਹਿੰਦੇ ਸੀ ਨਦੀ ਵਾਲੇ ਪਾਸੇ, ਕਿਉਂਕਿ ਅਸਾਂ ਅਗਰ ਨਿਕਲੂ ਤਾਂ ਇੱਕ ਦੋ ਬੰਦੇ ਨਿਕਲਦੇ ਹੋਣੇ, ਇਸ ਕਰਕੇ ਮੈਂ ਹੁਣ ਨੰਬਰ ਪਾ ਕੇ ਜੁਲਦੇ ਆ ਦੋਸਤਾਂ ਵਾਸਤੇ ਇੱਕ ਵੀਡੀਓ ਬਣਾਉਣੇ ਆ। ਚਲੋ ਅੱਜ ਬਾਰਿਸ਼ ਹੈ ਨਾ, ਨਦੀ ਕਹਿੰਦੇ ਬਾਹਰੋਂ ਗਿੱਦੜ ਸ਼ਿੱਦੜ ਨਿਕਲਦੇ ਨਾ, ਅਤੇ ਗਿੱਦੜ ਜਾਂ ਵੀ ਇਹ ਵੀ ਆਈਆਂ ਚੀਜ਼ਾਂ ਨਿਕਲ ਜਾਣ, ਅਸਾਂ ਕਿ ਅੱਜ ਜੁਲਦੇ ਆ ਦੋਸਤਾਂ ਕੇ ਦਿਖ ਲੈਣੇ ਅਤੇ ਆਪ ਹੀ ਦੇਖ ਆਊਂ। ਅਤੇ ਬਾਰਿਸ਼ ਸ਼ੁਰੂ ਥਈ ਖੜੀ ਹੈ ਦੋਸਤੋ, ਬਾਰਿਸ਼ ਵੈਸੇ ਸਾਕੂ ਤਾਂ ਘਾਟ ਹੈ, ਕਿਉਂਕਿ ਅਸਾਂ ਸਾਰੀ ਛੁੱਟੀ ਥੀ ਵੈਂਦੀ ਹੈ ਇੱਥੇ ਬਾਰਿਸ਼ ਦੀ ਵਜ੍ਹਾ ਕਰਕੇ, ਲੇਕਿਨ ਇੱਥੋਂ ਦੀ ਆਵਾਮ ਜਿਹੜੀ ਉਹ ਇਹਨੇ ਬਾਰਿਸ਼ ਦੀ ਇੰਤਜ਼ਾਰ ਕਰਦੀ ਹੈ, ਦੁਆਈ ਮੰਗਦੀ ਹੈ ਅੱਲਾ ਸਈਆਂ ਬਾਰਿਸ਼ ਆਵੇ ਤਾਂ ਸਾਜਾ ਹਾਂਜੀ ਰਹਿਣਾ, ਫਸਲਾਂ ਅੱਛਾ ਥੀ ਸਨ, ਫਸਲਾਂ ਨੂੰ ਰੰਗ ਲੱਗ ਸੀ। ਅਤੇ ਬਾਕੀ ਦੋਸਤੋ ਅਸਾਂ ਆ ਗਏ ਨਦੀ ਤੇ, ਨਦੀ 'ਚ ਹਾਲੀ ਇਤਨਾ ਜ਼ਿਆਦਾ ਪਾਣੀ ਕਹਿ ਨਹੀਂ ਆਇਆ, ਕਿਉਂਕਿ ਹਾਲੀ ਪਾਣੀ ਪਿੱਛੋਂ ਸੀ ਇਵੇਂ ਉੱਧਰ, ਪਾਣੀ ਥੋੜ੍ਹਾ ਥੋੜ੍ਹਾ ਆਇਆ ਵਧੇ। ਇਹ ਜਿਹੜੀ ਨਾ ਜਿਵੇਂ ਸਾਹ ਨਾ ਪਾਣੀ ਆਉਂਦੇ, ਲੇਕਿਨ ਇਹ ਵਿੱਚ ਥੋੜ੍ਹਾ ਥੋੜ੍ਹਾ ਆਇਆ ਉਹਦੇ ਹਾਲੀ ਪਹੁੰਚਿਆ ਕਹਿ ਨਹੀਂ, ਬਾਰਿਸ਼ ਚੰਗੀ ਆਈ ਹੈ ਲੇਕਿਨ ਇਹਦੇ ਬਾਰਿਸ਼ ਜੱਡਣ ਆਉਂਦੀ ਹੈ ਪਾਣੀ ਆਉਂਦਾ ਹੈ, ਲੇਕਿਨ ਅੱਜ ਹਾਲੀ ਤੱਕ ਮਕਸਦ ਇੱਡੇ ਕਹਿ ਨਹੀਂ ਪਹੁੰਚਿਆ। ਦੇਖੇ ਪਾਸ ਇਹ ਸਾਰੀ ਇਹ ਪੂਰਾ ਨਾਲਾ ਹੋਏ ਕੋਈ ਸਮਝ ਫੁੱਲ ਹੁੰਦੇ, ਚੰਗਾ ਸਪੀਡ ਪਾਣੀ ਹੁੰਦੇ, ਬਾਕੀ ਇਹ ਲੰਘ ਪੈਂਦੇ ਅੱਗਾ ਅੱਗਾ ਰੋਡ ਹੈ, ਥੱਲੇ ਪੁਲ ਛੁਲ ਬਣੀ ਹੈ ਅੱਗੇ ਟੱਪ ਪੈਂਦੇ। ਅਤੇ ਬਾਕੀ ਹੁਣ ਜੁਲਦੇ ਆ ਦੋਸਤੋ, ਪਿੱਛਾ ਬਾਰਿਸ਼ ਥੀ ਪਈ ਹੈ ਜ਼ਿਆਦਾ ਦੋਸਤੋ, ਬਾਦਲ ਜਾਂ ਗਾਜਾਂ ਤੁਹਾਨੂੰ ਸੁਣਾਈ ਰਹੀਆਂ ਪਿਆ ਸਨ, ਕਿਉਂਕਿ ਹਾਲੀ ਬਾਦਲ ਗਿਆ ਕਹਿ ਨਹੀਂ, ਉਹ ਜ਼ਬਰਦਸਤ ਬਦਲ ਹੈ ਉੱਤੇ ਦੇਖਦੇ ਪਿਆ ਸੋ, ਚੰਗਾ ਬਾਰਿਸ਼ ਦਾ ਮੂਡ ਹਾਲੀ ਵੀ ਹੈ, ਮਕਸਦ ਹੈ ਚੰਗੀ ਬਾਰਿਸ਼ ਆਉਣ ਦਾ। ਅਤੇ ਥੀ ਵੀ ਗਈ ਹੈ ਜਿਹੜੀ ਉਹ ਵੀ ਚੰਗੀ ਬਾਰਿਸ਼ ਥੀ ਗਈ ਹੈ, ਕਿਉਂਕਿ ਇੱਥੇ ਇੱਕ ਤਾਂ ਪਹਾੜੀ ਹੈ, ਕਿਉਂਕਿ ਪਾਣੀ ਜਿਤਨਾ ਹੀ ਹੋਵੇ ਕਿ ਤਲੇ ਲਹਿ ਵੇਂਦੇ ਏਡੇ ਨਦੀ ਨਾ ਪਿਸਤੇ ਦੇਦੇ ਪਏ ਸਲੋਪ ਹੈ, ਜਿੱਥੇ ਸਰਾਂ ਦੇ ਪਏ ਪਾਣੀ ਇਹ ਨਦੀ 'ਚ ਲਹਿ ਜਾਂਦਾ ਚਿੰਦਾਰੋ ਦਾ। ਅਤੇ ਹੁਣ ਅਸਾਂ ਜੁਲਦੇ ਹਾਂ ਕੁਆਟਰ 'ਤੇ, ਕਿਉਂਕਿ ਬਾਰਿਸ਼ ਤੇਜ਼ ਥੀਂਦੀ ਪਈ ਹੈ, ਪੁੱਛਦੇ ਪਏ ਅਤੇ ਬਲਾ ਰਾਸੋ ਵੀਡੀਓ ਦੇ ਨਾਲ ਨਾਲ ਤੁਹਾਨੂੰ ਅੱਜ ਦਾ ਪੂਰਾ ਨਿਜ਼ਾਮ ਦਿਖ ਲੈ ਸੂ, ਇੱਥੋਂ ਦੀ ਬਾਰਿਸ਼ ਕਿਵੇਂ ਹੁੰਦੀ ਹੈ ਅਤੇ ਕਿਆ ਨਿਜ਼ਾਮ ਹੁੰਦਾ ਅਤੇ ਕਿਆ ਹਿਸਾਬ ਕਿਤਾਬ ਹੁੰਦਾ ਰਾਸੋ ਵੀਡੀਓ ਦੇ ਨਾਲ ਨਾਲ।